ਵੇਖੋ ਹਜ਼ਰਤ ਮੂਸਬ ਬਿਨ ਉਮੈਰ ਰਜ਼ੀ ਅੱਲਾਹ ਤਾਲਾ ਨੂੰ ਹਜ਼ਰਤ ਮੂਸਬ ਨੇ ਆਪਣਾ ਇੱਕ ਨਾਲ ਅਸਦ ਬਿਨ ਜ਼ਰਾਰਾ ਨੂੰ ਲਿਆ ਹੈ ਇਹ ਚਲੇ ਗਏ ਇੱਕ ਵੱਲ ਸਰਦਾਰਾਂ ਵੱਲ ਚਲੇ ਗਏ ਕਬੀਲਾ ਬਣੀ ਅਬਦੇ ਅਸ਼ਲ ਦੇ ਲੋਕਾਂ ਵੱਲ ਚਲੇ ਗਏ ਅਤੇ ਕੁਰਾਨ ਸੁਣਾ ਨੇ ਉਹ ਇਹ ਜਨਾਬ ਅੰਦਰੋਂ ਆਇਆ ਉਸੈਦ ਅੱਜ ਤੱਕ ਘੋੜੇ ਵਾਲਾ ਵਾਕਿਆ ਨਹੀਂ ਸੁਣਿਆ ਜਿਵੇਂ ਘੋੜਾ ਬਿੰਦਾ ਦਿੰਦਾ ਇਹ ਸੀ ਬੰਦਾ ਇਹ ਹਲੇ ਮੁਸਲਮਾਨ ਨਹੀਂ ਸੁਣਿਆ ਅਤੇ ਇਹਨਾਂ ਬਾਗ 'ਚ ਦੌੜਿਆ ਨੇ ਆਖਿਆ ਗੱਲ ਸੁਣ ਫਜ਼ੂਲ ਗੱਲ ਨਹੀਂ ਕਰਨੀ ਚਲੋ ਨਿਕਲੋ ਇੱਥੋਂ ਅਸੀਂ ਨਹੀਂ ਸੁਣਨਾ ਕੁਰਾਨ ਨੂੰ ਅਤੇ ਹਜ਼ਰਤ ਮੂਸਬ ਬਿਨ ਉਮੈਰ ਕੌਣ ਸਨ ਅਰਬ ਦਾ ਬਹੁਤ ਬੜਾ ਸ਼ਹਿਜ਼ਾਦਾ ਸੀ ਸੁਬਹ ਜਿਹੜਾ ਸੂਟ ਪਹਿਨਦਾ ਸੀ ਸ਼ਾਮ ਨੂੰ ਖਤਮ ਅਤੇ ਮੱਕੇ ਦੀਆਂ ਸ਼ਹਿਜ਼ਾਦੀਆਂ ਗਲੀ 'ਚੋਂ ਲੰਘਦੇ ਸੀ ਨਾ ਮੂਸਬ ਉਹਦੀ ਖੁਸ਼ਬੂ ਲੈਣ ਵਾਸਤੇ ਖਿੜਕੀਆਂ ਖੋਲ੍ਹ ਕੇ ਤੱਕਦੀਆਂ ਸੋਹਣਾ ਅੱਲ੍ਹਾ ਨੇ ਇੰਨਾ ਬਣਾਇਆ ਸੀ ਲੇਕਿਨ ਜਦੋਂ ਇਸਲਾਮ ਕਬੂਲ ਕੀਤਾ ਨਾ ਤਾਂ ਚਾਚੇ ਨੇ ਕੱਪੜੇ ਵੀ ਗਲ ਦੇ ਲਾ ਲਏ ਅਤੇ ਸਭ ਦੇ ਵਿੱਚ ਐਂ ਬਲੇਟ ਕੇ ਨਾ ਧੂਰੀ ਦਿੰਦਾ ਰਿਹਾ ਸਭ ਕੁਛ ਅੱਲ੍ਹਾ ਦੀ ਰਾਹ ਕੁਰਬਾਨ ਕਰਤਾ ਅੱਲ੍ਹਾ ਦੇ ਰਸੂਲ ਨੇ ਕਾਰੀ ਬਣਾ ਕੇ ਭੇਜਿਆ ਕੁਰਾਨ ਦਾ ਕਾਰੀ ਬੜਾ ਸੋਹਣਾ ਸੀ ਨਬੀ ਪਾਕ ਇਹ ਵਾਹਿਸ ਵੀ ਨਬੀ ਪਾਕ ਮਦੀਨਿਓਂ ਬਾਹਰ ਮੱਕਿਓਂ ਬਾਹਰ ਇਹਦਾ ਇਸਤੇਮਾਲ ਕਰਨ ਵਾਸਤੇ ਆਏ ਸੀ ਅਤੇ ਵੇਖਿਆ ਉਹ ਸ਼ਹਿਜ਼ਾਦਾ ਜਿਹਨੂੰ ਸ਼ਹਿਜ਼ਾਦੀਆਂ ਵੇਖਣ ਵਾਸਤੇ ਤਰਸਦੀਆਂ ਸੀ ਖੁਸ਼ਬੂਆਂ ਮਹਿੰਗੀਆਂ ਬਿਸਤਰ ਵੀ ਇੱਕ ਰਾਤ ਇਸਤੇਮਾਲ ਕਰਦਾ ਸੀ ਉਹ ਦੇ ਦਿੰਦਾ ਸੀ ਲੋਕਾਂ ਨੂੰ ਅਤੇ ਵੇਖਿਆ ਕਿ ਬਟਨ ਦੀ ਜਗ੍ਹਾ ਖਜੂਰ ਦੀਆਂ ਗਿਟਕਾਂ ਲੱਗੀਆਂ ਅਤੇ ਵੰਧ ਲੱਗੇ ਕਮੀਜ਼ 'ਤੇ ਮੇਰੇ ਪਾਕ ਪੈਗੰਬਰ ਨੇ ਜਿਫੇ 'ਚ ਲੈ ਲਿਆ ਅਤੇ ਰੋ ਪੈ ਫਰਮਾਇਆ ਅੱਲਾ ਮੂਸਬ ਬਿਨ ਉਮੈਰ ਨੇ ਤੇਰੇ ਕੁਰਾਨ ਪਿੱਛੇ ਇਸਲਾਮ ਪਿੱਛੇ ਵੇਖ ਲੈ ਬਾਦਸ਼ਾਹੀਆਂ ਨੂੰ ਠੁੱਡਾ ਮਾਰ ਦਿੱਤਾ ਅੱਲਾ ਇਹਨੂੰ ਜੰਨਤ ਦੀਆਂ ਸਰਦਾਰੀਆਂ ਦਾ ਫਰਮਾ ਦੇ ਇਹ ਅਗਰ ਮੂਸਬ ਬਿਨ ਉਮੈਰ ਜਿਸਲੇ ਗਿਆ ਨਾ ਅਤੇ ਇਹ ਇਹਦੇ ਕੋਲੋਂ ਸ਼ਹਿਰ ਮੈਨੂੰ ਗੈਰ ਕੋਲ ਅਤੇ ਉਹ ਆਉਂਦਾ ਸੀ ਗੱਲ ਗੋਲ ਨਹੀਂ ਸੁਣੀ ਤੂੰ ਚੱਲ ਚੱਲ ਗੱਲ ਨਹੀਂ ਸੀ ਅਤੇ ਉਹ ਕਹਿੰਦੇ ਜੀ ਗੱਲ ਨਹੀਂ ਗੱਲ ਸਾਡੀ ਸੁਣ ਉਹ ਉਸਨੇ ਹਵੇਲੀ ਵਾਲੇ ਮੋਲੀਆਂ ਵਰਗੇ ਉਹਨੇ ਕਿਹਾ ਸੀ ਨਹੀਂ ਸੁਣੀ ਚਲੋ ਚਲੋ ਬਸ ਅਤੇ ਉਹਨਾਂ ਚੱਲ ਆਈ ਠੀਕ ਹੈ ਹਜ਼ਰਤ ਮੂਸਬ ਬਿਨ ਉਮੈਰ ਆਉਂਦੇ ਨਹੀਂ ਤੁਸੀਂ ਇੰਝ ਕਰੋ ਵੀ ਯਾਰ ਨਾ ਜਿੰਨਾ ਮਰਜ਼ੀ ਗੁੱਸੇ ਹੋ ਲਾ ਇੱਕ ਵਾਰੀ ਸੁਣ ਲੈ ਅਤੇ ਉਹ ਕਹਿੰਦੇ ਨੇ ਦੂਸਰਾ ਕਹਿੰਦਾ ਦੋ ਆਦਮੀ ਸੀ ਦੂਸਰਾ ਕਹਿੰਦਾ ਯਾਰ ਗੱਲ ਇਹ ਉਸੈਦ ਨੂੰ ਜ਼ਹਿਰ ਕਬੀਲੇ ਸਰਦਾਰ ਸੀ ਅਤੇ ਦੂਸਰਾ ਬੰਦਾ ਕਹਿੰਦਾ ਯਾਰ ਉਸੈਦ ਇਹਦੀ ਵੀ ਕਿਹੜੀ ਗੱਲ ਹੈ ਮਹਿਮਾਨ ਆਏ ਨੇ ਯਾਰ ਤੂੰ ਗੱਲ ਸੁਣ ਲਾ ਤੂੰ ਉਹਨਾਂ ਦਾ ਨਾਂ ਖੇ ਲੱਗੀ ਉਹਨਾਂ ਦੇ ਮਗਰ ਨਾ ਚੱਲੀ ਗੱਲ ਸੁਣ ਲਾ ਅਤੇ ਹਜ਼ਰਤ ਮੂਸਬ ਬਿਨ ਉਮੈਰ ਰਜ਼ੀ ਅੱਲਾਹ ਤਾਲਾ ਨੂੰ ਕੁਰਾਨ ਪੜ੍ਹਨਾ ਸ਼ੁਰੂ ਕਰਦਾ ਇੱਕ ਐਤ ਪੜ੍ਹੀ ਦੋ ਪੜ੍ਹੀਆਂ ਤਿੰਨ ਪੜ੍ਹੀਆਂ ਚੌਥੀ ਪੜ੍ਹੀ ਅਤੇ ਉਸੈਦ ਬਿਨ ਉਜ਼ੈਰ ਆਉਂਦਾ ਸ਼ਹਾਦੂ ਅੱਲਾਹ ਕਲਮਾ ਪੜ੍ਹਿਆ ਮੁਸਲਮਾਨ ਹੋ ਗਿਆ ਔਰ ਨਬੀ ਰਹਿਮਤ ਅਲੈ ਇਸਲਾਮ ਇਹ ਕੁਰਾਨ ਹਦਾਇਤ ਦਾ ਚਸ਼ਮਾ ਹੈ ਹਦਾਇਤ ਦਾ ਮਰਕਜ਼ ਹੈ ਹਦਾਇਤ ਦਾ ਮਿੰਬਰ ਹੈ ਹਦਾਇਤ ਦਾ ਮਿਹਵਰ ਹੈ ਔਰ ਇਹ ਕੁਰਾਨ ਨਾਲ ਅੱਲ੍ਹਾ ਨੇ ਕਿਹਾ ਨਾ ਔਰ ਕੁਰਾਨ ਜਿਹੜਾ ਨਾ ਇੱਕ ਲਫਜ਼ ਇੱਕ ਐਤ ਅਗਰ ਅੱਲ੍ਹਾ ਨੇ ਜ਼ਿਹਨ ਬਦਲਣਾ ਹੋਵੇ ਤਾਂ ਕੁਰਾਨ ਦਾ ਇੱਕ ਐਤ ਹੀ ਬਣੀ ਇਹ ਨਾ 1990 ਦੇ ਅੰਦਰ